ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਅਸੀਂ ਤਰ੍ਹਾਂ ਗੁਰੂ ਚਰਨਾਂ ਜੁੜ ਕੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਜੀ ਅੱਜ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਗੁਰਦੁਆਰਾ ਸਾਹਿਬ ਵਾਸਤੇ ਸੋਫਟਵੇਅਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅੱਜ ਉਹ ਸੋਫਟਵੇਅਰ ਅਸੀਂ ਗੁਰਦੁਆਰਾ ਸਾਹਿਬ ਵਿੱਚ ਲਾਂਚ ਕਰ ਰਹੇ ਹਾਂ ਜਿਸ ਸੋਫਟਵੇਅਰ ਨਾਲ ਸਾਰਾ ਸਿਸਟਮ ਤਕਰੀਬਨ ਕੋਸ਼ਿਸ਼ ਕਰ ਰਹੇ ਹਾਂ ਕਿ ਆਨਲਾਈਨ ਲਿਆਇਆ ਜਾਏ ਸੰਗਤਾਂ ਘਰ ਬੈਠੇ ਹੀ ਸਾਰੀ ਚੀਜ਼ਾਂ ਗੁਰਦੁਆਰਾ ਸਾਹਿਬ ਬਾਰੇ ਜਾਣ ਸਕਣ ਸਾਰੇ ਜਿਹੜੇ ਗੁਰਦੁਆਰੇ ਦੇ ਅਕਾਊਂਟਸ ਨੇ ਉਹ ਵੀ ਅਕਾਊਂਟਸ ਆਨਲਾਈਨ ਆ ਜਾਣਗੇ ਅਤੇ ਜੋ ਵੀ ਸੰਗਤਾਂ ਘਰ ਬਹਿ ਕੇ ਆਪਣਾ ਵੈਬਸਾਈਟ ਤੋਂ ਹੀ ਦੇਖ ਸਕਦੀਆਂ ਨੇ ਇਹਦੇ ਵਿੱਚ ਜਿਹੜੇ ਸਾਡੇ ਸਾਨੂੰ ਜਿਹੜੇ ਬੈਨੀਫਿਟ ਸਾਨੂੰ ਜਿਹੜੇ ਫਾਇਦੇ ਹੋਣੇ ਨੇ ਉਹ ਇਹ ਜਿਸ ਤਰ੍ਹਾਂ ਮੁਹਿੰਮ ਚੱਲ ਰਹੀ ਹੈ ਕਿ ਅੱਜ ਕੱਲ੍ਹ ਕਾਗਜ਼ ਦੀ ਬੜੀ ਵੈਲਿਊ ਹੈ ਕਾਗਜ਼ ਦੀ ਬੜੀ ਕੀਮਤ ਹੈ ਅਤੇ ਕਾਗਜ਼ ਨੂੰ ਘੱਟ ਤੋਂ ਘੱਟ ਯੂਜ਼ ਕਰਨਾ ਚਾਹੀਦਾ ਅਸੀਂ ਸੋਚ ਵਧਾਉਂਦੇ ਹੋਏ ਜਿਹੜਾ ਸੋਫਟਵੇਅਰ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਕੱਢਣ ਦੀ ਲੋੜ ਨਹੀਂ ਪੈਂਦੀ ਜੇ ਚਾਹੋ ਤਾਂ ਕੱਢ ਵੀ ਸਕਦੇ ਹੋ ਬਟ ਜਿਵੇਂ ਤੁਸੀਂ ਬੱਚੀ ਆਪਣਾ ਕਟਾਉਂਦੇ ਹੋ ਜੋ ਤੁਸੀਂ ਦਾਨ ਦਿੰਦੇ ਹੋ ਉਹ ਤੁਹਾਡੇ ਮੋਬਾਈਲ 'ਤੇ SMS ਅਤੇ ਤੁਹਾਡੀ ਈਮੇਲ 'ਤੇ ਤੁਹਾਡੇ ਈਮੇਲ ਆ ਜਾਏਗਾ ਤੁਹਾਡੀ ਰਸੀਦ ਆ ਜਾਏਗੀ ਜਿਹਦੇ ਨਾਲ ਤੁਸੀਂ ਪੂਰਾ ਆਪਣਾ ਅਕਾਊਂਟ ਮੇਨਟੇਨ ਕਰ ਸਕਦੇ ਹੋ ਜਿਹੜੀਆਂ ਸੰਗਤਾਂ ਅਖੰਡ ਪਾਠ ਦੀ ਬੁਕਿੰਗ ਕਰਾਉਣਾ ਚਾਹੁੰਦੀਆਂ ਨੇ ਕੀਰਤਨ ਬੁਕਿੰਗ ਕਰਾਉਣਾ ਚਾਹੁੰਦੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਬੁੱਕ ਕਰਾਉਣਾ ਚਾਹੁੰਦੀਆਂ ਨੇ ਅਨੰਦ ਕਾਰਜ ਬੁਕਿੰਗ ਕਰਾਉਣਾ ਚਾਹੁੰਦੀਆਂ ਨੇ ਅੰਤਿਮ ਅਰਦਾਸ ਬੁਕਿੰਗ ਕਰਾਉਣਾ ਚਾਹੁੰਦੀਆਂ ਨੇ ਉਹ ਵੀ ਸੰਗਤਾਂ ਘਰ ਬੈਠੇ ਹੀ ਇਹ ਸੋਫਟਵੇਅਰ ਰਾਹੀਂ ਦੇਖ ਸਕਦੇ ਨੇ ਕਿਹੜਾ ਡੇਟ ਕਿਹੜੀ ਟਾਈਮ ਅਵੇਲੇਬਲ ਹੈਗੀ ਹੈ ਉੱਥੇ ਤੋਂ ਹੀ ਸੋਫਟਵੇਅਰ ਤੋਂ ਹੀ ਘਰ ਬੈਠੇ ਤੁਸੀਂ ਬੁਕਿੰਗ ਆਪਣੀ ਆਨਲਾਈਨ ਕਰਾ ਸਕਦੇ ਹੋ ਔਰ ਆ ਕੇ ਗੁਰਦੁਆਰਾ ਸਾਹਿਬ ਤੁਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਇਸੇ ਤਰ੍ਹਾਂ ਹੋਰ ਕਾਫੀ ਫੀਚਰ ਨੇ ਇਹਦੇ ਵਿੱਚ ਆਉਣ ਵਾਲੇ ਟਾਈਮ ਜਿਹੜੇ ਫੀਚਰ ਨੇ ਸਾਡੇ ਉਹ ਪਰਮਾਤਰੀਆਂ ਦੀ ਬੁਕਿੰਗ ਹੈ ਹਰ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਹੋਏਗਾ ਉਹਦਾ SMS ਭੇਜਿਆ ਜਾਏਗਾ ਈਮੇਲ ਭੇਜੀ ਜਾਏਗੀ ਕਿਸੇ ਨੇ ਘਰ ਬੈਠੇ ਜੇ ਪੇਮੈਂਟ ਆਨਲਾਈਨ ਵੀ ਕਰਨੀ ਹੈ ਉਹਦੇ ਕੋਲ ਉਹ ਵੀ ਪ੍ਰੋਸੀਜਰ ਹੈਗਾ ਵੈਬਸਾਈਟ ਤੇ ਜਾ ਕੇ ਗੁਰਦੁਆਰਾ ਸਾਹਿਬ ਦੀ ਨਵੇਂ ਸੋਫਟਵੇਅਰ ਤੇ ਜਾ ਕੇ ਤੁਸੀਂ ਘਰ ਬੈਠੇ ਆਨਲਾਈਨ ਪੇਮੈਂਟ ਕਰ ਸਕਦੇ ਹੋ ਉਹ ਵੀ ਪ੍ਰੋਸੀਜਰ ਨੇ ਦਿੱਤਾ ਗਿਆ ਹੈ ਹੋਰ ਕਈ ਫੀਚਰ ਜਿਹੜੇ ਨੇ ਕਾਨੂੰਨ ਸਟੋਰ ਵੀ ਇਹਦੇ ਵਿੱਚ ਆਨਲਾਈਨ ਕੀਤਾ ਜਾਏਗਾ ਸਾਰਾ ਗੁਰਦੁਆਰਾ ਸਾਹਿਬ ਦਾ ਅਕਾਊਂਟਸ ਆਨਲਾਈਨ ਹੋ ਜਾਏਗਾ ਇਹਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਚੀਜ਼ ਜਿਹੜਾ ਗੁਰਦੁਆਰਾ ਸਾਹਿਬ ਬਾਰੇ ਪੁੱਛਣੀ ਹੈ ਉਹ ਆਉਣ ਦੀ ਲੋੜ ਨਹੀਂ ਘਰ ਬੈਠੇ ਹੀ ਆਪਣਾ ਵੈਬਸਾਈਟ ਤੇ ਦੇਖ ਸਕਦੇ ਹਨ ਇਹ ਇੱਕ ਉਪਰਾਲਾ ਕਮੇਟੀ ਵੱਲੋਂ ਕੀਤਾ ਗਿਆ ਹੈ ਉੱਥੇ ਹੋ ਸਕਦਾ ਹੈ ਕਿ ਸੰਗਤਾਂ ਨੂੰ ਸਮਝਣ ਵਿੱਚ ਕੋਈ ਥੋੜ੍ਹੀ ਬਹੁਤ ਪਰੇਸ਼ਾਨੀ ਦੇਖਦਾ ਆਉਣ ਉਹਦੇ ਵਾਸਤੇ ਸਾਡੇ ਜਿਹੜੇ ਇਹਦੇ ਵਿੱਚ ਮੀਤ ਕੈਸ਼ੀਅਰ ਅਤੇ ਕੈਸ਼ੀਅਰ ਸਾਹਿਬ ਦੋਨੋਂ ਬੈਠੇ ਨੇ ਉਹਨਾਂ ਕੋਲੋਂ ਆ ਕੇ ਉਹ ਸਮਝ ਸਕਦੇ ਨੇ ਥੋੜ੍ਹਾ ਜਿਹਾ ਅਸੀਂ ਆਪਣੀ ਆਪਣੀ ਆਦਤ ਬਦਲੀਏ ਅਤੇ ਅੱਜ ਦਾ ਜ਼ਮਾਨਾ ਆਨਲਾਈਨ ਦਾ ਕੰਪਿਊਟਰ ਦਾ ਉਸ ਤੋਂ ਬੜਾ ਅਸੀਂ ਅਪਣਾਈਏ ਤਾਂ ਕਿ ਪਾਰਦਰਸ਼ਤਾ ਜਿਹੜੀ ਕਮੇਟੀ ਦੀ ਸੋਚ ਹੈਗੀ ਹੈ ਉਹ ਅਸੀਂ ਪੂਰੀ ਤਰ੍ਹਾਂ ਇੰਪਲੀਮੈਂਟ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ